ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨਵੀਰ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ 1 ਗਾਂ ਆ ਅਤੇ 2 ਮੱਝਾਂ ਤੁਹਾਨੂੰ ਦਿਖਾਉਣੀ ਆ। ਇੱਕ ਮਿੰਨੀ ਝੋਟੀ, ਬੜੇ ਕਮਾਲ ਦੀ ਤੁਹਾਨੂੰ ਮਿੰਨੀ ਝੋਟੀ ਤੁਹਾਨੂੰ ਦਿਖਾਉਣੀ ਆ। ਸਿੰਘ ਦੋਵੇਂ ਜਿਹੜੇ ਇਹਦੇ ਚੰਗੀ ਤਰ੍ਹਾਂ ਹਿਲਦੇ ਆ ਅਤੇ ਦੋਵੇਂ ਸੂਈਆਂ ਸਵਾਈਆਂ ਵਾ, ਬੱਚੇ ਜਿਹੜੇ ਇਹਨਾਂ ਦੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਬਹੁਤ ਵਧੀਆ ਜੀ। ਚਲੋ ਵਧੀਆ ਚਾਹੀਦਾ ਜੀ। ਹਾਂਜੀ। ਅਤੇ ਨਾਮ ਦੱਸ ਦੇ ਕਰੀ, ਨਾਮ ਸੋਨੂੰ ਸਤੀਸ਼ ਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਫੋਨ ਨੰਬਰ ਬੋਲ ਦੇ ਕਰੀ, 9065657। ਠੀਕ ਹੈ। ਅਤੇ ਮਿੰਨੀ ਯਾਰ ਕੇ ਕਿੱਥੇ ਲੱਭ ਲਿਆ? ਇਹਦੇ ਕਰਮਾ ਬੈਠਾ, ਇੱਧਰ ਦੇਖੋ ਸੀ, ਦੇਖੋ ਸਿੰਘ ਜਿਹੜੇ ਦੋਵੇਂ ਹੀ ਇਹਦੇ ਬੜੇ ਹਿਲਦੇ ਜਿਹਦੇ ਵਿੱਚ ਨਹੀਂ। ਹਾਂ ਦੇਖ ਸਕਦੇ ਜੇ, ਦੋਵੇਂ ਹੀ ਇਸ ਤਰ੍ਹਾਂ ਜੇ। ਮੈਂ ਨਾ ਦੋਵੇਂ ਹਿੱਲਣਗੇ ਤੇ ਦਵਾਂਗੇ ਜਿਹਦੇ। ਅੱਛਾ, ਲਿਆਓ ਕਰੀ ਕੱਢੋ ਬਾਹਰ ਚੰਗੀ ਤਰ੍ਹਾਂ ਇਹਨਾਂ ਤੋੜ ਕੇ ਦੇਖਾਈ। ਚਲੋ ਮੀਨੀਆਂ ਮੱਝਾਂ ਮੇਰੇ ਕੋਲ ਬੜੀਆਂ ਹੁੰਦੀਆਂ ਵਾ। ਠੀਕ ਆ, ਪਰ ਸਿੰਘ ਮੈਂ ਤਾਂ ਪਹਿਲੀ ਵਾਰੀ। ਪਰ ਇਸ ਤਰ੍ਹਾਂ ਦੇ ਸਿੰਘ ਜਿਹੜੇ ਬੜੀਆਂ ਘੱਟ ਮੱਝਾਂ ਦੇ ਹਿਲਦੇ ਜੀ, ਇਸ ਤਰ੍ਹਾਂ ਇਹਦੇ ਹਿਲਦੇ ਆ। ਬੜੀ ਬੜੀ ਔਲ ਕਰਦੀ ਆ ਇਹਦੇ ਘਰ ਦੀ ਸੰਗਲੀ। ਠੀਕ ਆ ਜੀ, ਲਿਆ ਆ ਵੇਖੋ, ਇਹਦੇ ਲਿਆਓ ਤਾਜਨਾ। ਹਾਂ ਦੇਖ ਸਕਦੇ ਜੀ, ਬਾਹਰ ਕੱਢ ਕੇ ਚੰਗੀ ਤਰ੍ਹਾਂ ਦੇਖੋ। ਹਾਂ ਦੇਖ ਸਕਦੇ ਜੀ, ਹਿਲਦੇ ਨਹੀਂ ਹਿਲਦੇ ਜੀ ਇਹਦੇ। ਪੂਰੀ ਮਿੰਨੀ ਇਸ ਤਰ੍ਹਾਂ ਜਿਸ ਤਰ੍ਹਾਂ ਆਰਡਰ ਦੇ ਕੇ ਬਣਾਈ ਹੁੰਦੀ ਹੈ, ਹੈਗੀ ਵੀ ਪੂਰੀ ਠੰਡੀ ਧੀਰੀ ਆ ਜਿਹੜੀ। ਠੀਕ ਹੈ ਜੀ, ਹੋਰ ਬੜੀਆਂ ਸਿਰਤਾਂ ਹੈ। ਅੱਛਾ, ਠੀਕ ਹੈ ਜੀ, ਠੀਕ ਹੈ ਜੀ। ਹਾਂ ਦੇਖ ਸਕਦੇ ਜੀ, ਭਾਵੇਂ ਇਸ ਤਰ੍ਹਾਂ ਹੀ ਥੱਲੇ ਬਹਿ ਜਾਓ। ਠੀਕ ਹੈ ਜੀ, ਅਤੇ ਆਹ ਥੱਲੇ ਵੀ ਦੇਖ ਸਕਦੇ ਜੀ ਇੱਕ ਵਾਰੀ। ਉਸ ਤਰ੍ਹਾਂ ਵੀ ਜਿਹੜਾ ਕੱਦ ਕਾਠ ਪਿੱਠ ਪੁੜੇ ਪੱਖੋਂ ਵੇਖੀਏ ਤੇ ਚੰਗੀ ਆ, ਤੇ ਹਵਾ ਨਵੇਂ ਥੱਲੇ ਲੱਗ ਗਏ ਤੇ ਦੇਖ ਸਕਦੇ ਜੀ। ਉਸ ਤਰ੍ਹਾਂ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ, ਚੰਗੇ ਗੈਪ ਦੇ ਥਾਣੇ ਆ ਪਿੱਛੇ ਵੀ ਤੇ ਅੱਗੇ। ਅੱਛਾ, ਆਹ ਵਾਲੀ ਕੱਟੀ, ਉਦਾਂ ਮੈਂ ਬਹਿ ਜਾਓ। ਠੀਕ ਹੈ ਜੀ, ਠੰਡੀ ਧੇਰੀ ਪੂਰੀ ਆ ਗਏ। ਠੀਕ, ਤੇ ਕਿੰਨਾ ਜੀ ਦੁੱਧ ਇਹਦੇ ਕੋਲ ਤਿਆਰ? ਦੁੱਧ ਵੀ ਹੋਊਗਾ 9 ਕਿਲੋ ਪਰ 8 ਕਿਲੋ ਦੀ ਗੰਢੀ ਦੇਵਾਂਗੇ ਆਪਾਂ। ਠੀਕ ਆ, ਕੱਲ ਦੀ ਆਪਣੇ ਕੋਲ ਆਈ ਆ 8 ਕਿਲੋ ਤੋਂ ਕੰਡੇ ਵਾਲਾ ਹੋਊਗਾ। ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ ਲਾ ਲਓ 15 ਦਿਨ ਹੋਣੇ ਆ, ਕੱਟੇ ਕੱਟੀ ਮਗਲਾ ਆੜੀ ਮਗੀ। ਤੇ ਕੀ ਰੱਖਣਾ ਇਹਦਾ ਮੁੱਲ ਫਿਰ? ਸਿੰਘ ਜਿਹੜੇ ਇਹ ਬੜੀ ਕਮਾਲ ਦੀ ਚੀਜ਼ ਆ, ਕਈ ਵੀਰ ਜਿਹੜੇ ਆ ਇਹਨੂੰ ਕਰਮਾ ਵਾਲੀ ਬੜਾ ਮੰਨਦੇ ਆ, ਤੇ ਇਹੋ ਜਿਹੀ ਮੀਨੀ ਥੋੜੀ ਜਿਹੀ ਘੱਟ ਲੱਭਦੀ ਜਿਸ ਤਰ੍ਹਾਂ ਦੇ ਸਕਦੇ। ਕਈ ਵਾਰ ਸਿੰਘ ਹਿਲਦੇ, ਮੀਨੇ ਹੁੰਦੇ ਆ। ਹਾਂਜੀ, ਪਰ ਇਹਨੇ ਸਿੰਘ ਨਹੀਂ ਹਿਲਦੇ ਹੁੰਦੇ। ਹਾਂਜੀ ਹਾਂਜੀ, ਇਹ ਜ਼ਿਆਦਾ ਕਰਮਾ ਵਾਲੀ ਹੋਣੀ ਆ। ਥੋੜੀ ਕਰਮਾ ਵਾਲੀ ਆ। ਠੀਕ ਆ, ਤੇ ਮੁੱਲ ਇਹਦਾ ਫਿਰ? ਇਹਦਾ ਮੁੱਲ ਤਾਂ ਭਾਵੇਂ ਮੰਗਣ ਨੂੰ ਜਿੱਦਾਂ ਦੀ ਸੋਹਣੀ ਝੋਟੀ ਆ, ਮੂੰਹ 4 ਦਿੰਦੇ ਆ। ਅੱਛਾ, ਪਰ ਮੰਗਣ ਨੂੰ ਜਿਹੜਾ 80 ਕਰਦੀ ਆ, ਮੁੱਲ ਭਾਵੇਂ ਦੇ ਦਾਂਗੇ 62,000 ਦੀ। 62,000 ਦੀ? ਹਾਂ, ਕਰੀਏ ਕੋਈ ਮਾਨਤਾ ਨਾ ਹੋਰ ਭਾਈ। ਪਰ ਇੱਦਾਂ ਝੋਟੀਆਂ ਸੀਲਿੰਗਾਂ ਨਹੀਂ ਲੱਗਦੀਆਂ, ਕੱਟੀ ਵੀ ਵੇਖੋ ਮਗਲਿਆ। ਹਾਂਜੀ ਹਾਂਜੀ, ਇਹ ਠੰਡੀ ਦਿੱਤੀ ਝੋਟੀ ਲੱਗਦੀਆਂ। ਆਹ ਦੇਖ ਸਕਦੇ ਜੀ, ਸੀਲ ਬੜੀ ਹੈ, ਠੀਕ ਤਾਂ ਮਾਰ ਵਾਲੀ ਆ, ਬਾਕੀ ਪੂਰੀ ਕਾਲੀ ਆ, ਪੂਛ ਵੀ ਕਾਲੀ ਆ। ਦੇਖੋ ਥਾਂ ਚੱਡੇ ਸਾਈ ਸਾਹਿਬ ਕੋ ਪੂਛ ਸਾਰੀ ਕਾਲੀ ਆ। ਠੀਕ ਹੈ ਜੀ, ਦੇਖੋ ਥਾਂ ਚੱਡਾ। ਹਾਂ ਦੇਖ ਸਕਦੇ, ਬਾਕੀ ਨਿੱਗਰ ਹਵਾਨੇ ਸੁਆ ਕਿਨਵਾ ਇਹਦਾ ਪਹਿਲਾ? ਭਾਈ ਪਹਿਲਾ ਸੁਆ, ਜਿਹੜਾ ਪਹਿਲਾਂ ਝੋਟੀ ਆ, ਕਰੀਏ ਕੋਹ, ਕਰੀਏ ਮਾਨਦਾਨ ਜੀ ਭਾਈ। ਉਹਦਾ ਜਿਹੜਾ ਖੜੂ ਨਾ ਕੱਟੀ ਵੀ ਮਗਰ ਉਹਨਾਂ ਕੋਲ ਮੱਝਾਂ 5-6 ਆ। ਠੀਕ ਹੈ, ਗਾਂ ਕੱਟੀਆਂ ਵੀ ਕੁੜੀ ਮੀਨੀਆਂ ਹੁੰਦੀਆਂ ਨੇ। ਅੱਛਾ, ਹਾਂ ਵੀ ਕੱਟੀਆਂ ਤੇ ਮੀਨੀ ਹੋ ਗਈ। ਮੈਂ ਨਹੀਂ ਭਾਜੀ, ਅੱਛਾ ਭਾਈ ਮੀਨੀ ਨਾ ਹੋ ਫਿਰ ਗਿਓ, ਇਹ ਵੀ ਮੀਨੀ। ਅੱਛਾ, ਇਹ ਵੀ ਕੱਟੀ ਕਹਿੰਦੇ ਮਗਰ ਮੀਨੀ ਕੱਟੀ ਹੋ ਗਈ। ਉਹ ਰਵਾਂ ਜਿੱਦਾਂ ਦਾ ਆਪੋ ਆਪਣਾ ਰਵਾਂ ਦਾ ਇਹ ਲੱਗਦਾ। ਠੀਕ ਹੈ, ਤੇ ਥੋੜੀ ਜਿਹੀ ਛਾਲ ਮਾਰੀ ਆਪਾਂ ਤੇ 60 ਤੋਂ ਅੰਦਰ ਲਿਆਈਏ ਇਹਨੂੰ ਭਾਜੀ। ਉਹ ਝੋਟੀ ਚੰਗੀ, ਜੇ ਤੁਸੀਂ ਹੁਣ 60 ਤੋਂ ਅੰਦਰ ਕਰਨਾ ਚਲੋ ਕਰ ਦਿਓ। ਕਿੰਨੀ ਕਰ ਦੋਗੇ, 1000 ਕਰ ਦੋਗੇ 60 ਤੋਂ ਅੰਦਰ? ਕੱਲ ਮੈਂ ਇਹ ਝੋਟੀ ਵੇਚੀ 66,000 ਦੀ ਵੀ। ਅੱਛਾ, ਜਦੋਂ ਆਈ ਸੀ। ਹਾਂਜੀ, ਪਰ ਬੰਦੇ ਆਂਦੇ ਪੈਸੇ 2-4 ਖਲੋਕਦੇ ਨੇ, ਮੈਂ ਵੀ ਉਧਾਰ ਨਹੀਂ ਕਰਨਾ। ਅੱਛਾ, ਕੱਲ 66 ਦੀ ਵੇਚੀ ਸੀ ਆਪਾਂ। ਠੀਕ ਹੈ, ਹਾਂ ਚਲੋ ਫਿਰ ਕਿੰਨਾ, 60,000 ਛੱਡ ਦੋਗੇ ਹੁਣ? ਭਾਜੀ 50-58,000 ਝੋਟੀ ਦਵਾਂਗੇ। ਹਾਂ ਨਾ ਜੀ। ਅੱਛਾ, 2 ਹੀ ਛੱਡ ਦੋਗੇ? 2000 ਛੱਡ ਦਾਂਗੇ। ਹਾਂ ਨਾ ਜੀ। ਠੀਕ ਹੈ ਜੀ, ਹੁਣ ਮੇਰਾ ਵੀਰ ਆਪਾਂ ਸੋਚ ਸਮਝ ਕੇ ਫੋਨ ਲਾਵੇ, ਜੇ ਕੋ ਕਵੇ 55-56 ਵਾਲਾ ਕੰਮ ਨਹੀਂ ਹੈਗਾ। ਅੱਛਾ, ਬਿਲਕੁਲ ਜੈਸਨ ਕਰੀ ਚੋਰੀ ਤਵੇ ਆਪਾਂ ਨੂੰ। ਅੱਛਾ, ਘਰੇ ਵੀ ਚੋਲਾਂਗੇ, ਵਿੱਚ ਦੀ ਕੋਈ ਸ਼ੌਂਕ ਵੀ ਨਹੀਂ ਆ। ਅੱਛਾ, ਇਹ ਕਰਮਾਲੀ ਘਰੇ ਰੱਖ ਲਈ ਜੋ ਨਾ ਕੋ ਘਰੇ ਚੋਲਾਂਗੇ ਨੂੰ। ਠੀਕ ਹੈ ਜੀ, ਤੇ ਹੁਣ ਆ ਗਈ ਆਪਣੇ ਕੋਲ ਮੱਝ, ਇਹਦਾ ਕੱਟਾ ਜੋ ਇਹਦੇ ਮਗਰ ਕੱਟਾ ਵਾ ਆਹ ਵਾਲਾ, ਤੇ ਬਾਕੀ ਉਸ ਤਰ੍ਹਾਂ ਜਿਹੜੀ ਪਿੱਠ ਪੋੜੇ ਦੀ ਚੰਗੀ ਉੱਤੇ ਹੋਈ 1.5 ਮਹੀਨੇ ਲੱਗ ਜਾਗੇ, ਮਹੀਨੇ ਤੋਂ ਬਾਹਰ ਹੀ ਸੂਈ ਕਹਿੰਦੇ ਹੋਇਆ। ਤੇ ਥਾਣੇ ਦੇ ਵੀ ਦੇਖ ਸਕਦੇ ਜੇ, ਉਸ ਤਰ੍ਹਾਂ ਕੱਦ ਕੱਠ ਪਿੱਠ ਪੋੜੇ ਦੀ ਇਹ ਵੀ ਚੰਗੀ ਆ। ਜੇ ਕੋ ਦੁੱਧ 7 ਕਿਲੋ ਹੋਊਗਾ, ਅੱਛਾ, ਆਪਾਂ 6.5 ਕਿਲੋ ਦੀ ਗੰਢੀ ਦੇਵਾਂਗੇ। ਹੋਊਗਾ 7 ਕਿਲੋ ਜੀ? ਅੱਛਾ, 7 ਕਿਲੋ ਦੁੱਧ ਪੱਕਾ। ਲਿਆ ਫਿਰ ਤੋਰੀਏ ਇਹਨੂੰ। ਚੰਗੀ ਵੱਡੀ ਮੱਝ ਵੀ ਨਿੱਕੀ ਨਹੀਂ ਹੈਗੀ।
थोड़ी जी विद्यो उधर नूं करियो एक बारी ते पक्का दुध हैगा फिर 6.5-7 किलो 6.5 किलो दूंगा पर आपां 7 ही एक पोता दे करवाई जे ठीक है बाकी ठंडी ठंडी जेड़ा मर्दी है बहुत ज्यादा मर्दी ठीक है जी ते एदा मुल्ल कोई भूर छटा थान घाट वादो भी अपनी गारंटी हुई फुल अच्छा या केडी दी मोटी तार उंगल जड़ी ठीक है अपने ਇਹਦੇ ਕੋਲ ਦੁੱਧ ਜਿਹੜਾ 5 ਲੀਟਰ ਦਾ ਪੱਕਾ ਭਾਈ ਗੱਲਾਂ ਨਾਲ ਨਹੀਂ ਲੀਟਰ ਦਾ 5 ਕਿਲੋ ਠੀਕ ਹੈ ਜੀ ਹਾਂ ਤੇ ਥਾਂ ਤੁਹਾਨੂੰ ਪੂਰੇ ਜੇ ਭਾਜੀ ਕੋਈ ਭੂਰ ਛੱਟਾ ਦੇ ਲਿਆਓ ਪਿੱਛੇ ਵੇਖੋ ਸਾਡਾ ਵੇਖੋ ਬੈਂ ਵਧੀਆ ਥਾਂ ਚਾਰੇ ਕੋਈ ਭੂਰ ਛੱਟਾ ਨਹੀਂ ਕੋਈ ਥਾਂ ਘਾਟ ਵਾਲੀ ਹੋਈ ਠੀਕ ਹੈ ਜੀ ਹਾਂ ਤੇ ਇਹਦਾ ਮੁੱਲ ਇਹ ਦੇਣਾ 13000 ਦੀ 13000 ਦੀ ਜਿਸ ਤਰ੍ਹਾਂ ਹੀ ਕਰੀਏ ਤੇ 12 ਦੀ ਕਰਦਾ ਹਾਂ ਨਾ ਜੀ ਹੋਰ ਹੈ ਕਿ ਕੋਈ ਕਸਰ ਹੋਰ ਭਾਜੀ ਕੀ ਕਸਰ ਕਰਨੀ ਹੋਰ ਫਿਰ ਕਸਰ ਤੇ ਹੋਰ ਫਿਰ ਉਹਦਾ ਕਸਰਣਾ ਤੇ ਕਰਦੀ ਹੈ ਜੈਸ ਨਾ ਬਿਲਕੁਲ ਜੈਸ ਨਾ ਇਹਦੇ ਨਾਲ ਇੱਕ ਆਪਣੇ ਕੋਲ 4 ਕਿਲੋ ਵਾਲੀ ਗਾਂ ਫ੍ਰੀ ਦਵਾਂਗੇ ਅੱਛਾ ਆਇਓ ਵੀ ਮਾੜਾ ਕੈਮਰਾ ਲੈ ਵਿੱਚ ਅੱਛਾ ਇਹਦੇ ਨਾਲ ਗਾਂ ਫ੍ਰੀ 4 ਕਿਲੋ ਵਾਲੀ 4 ਕਿਲੋ ਵਾਲੀ 5 ਲੀਟਰ ਵਾਲੀ ਨਾ 4 ਲੀਟਰ ਵਾਲੀ ਲਿਆ ਵੀਰੇ ਤੇ ਉਹ ਵੀਰ ਜੀ ਬਾਹਰ ਲਗਾ ਕੇ ਬੰਨੀ ਜੇ ਫਿਰ ਇਹ ਹੋਏ ਗਾਂ ਥੋੜੀ ਅੰਦਰ ਜਗ੍ਹਾ ਘੱਟ ਹੈ ਕਹਿੰਦੇ ਉਹ ਸਾਰੀ ਵਾਲ ਆ ਵਾਲੀ ਗਾਂ ਜਿਹੜੀ ਬਾਹਰ ਬੰਨੀ ਆ ਪਹਿਲੇ ਨੰਬਰ ਤੇ ਜਿਹੜਾ ਕੋ ਲਊਗਾ ਮੱਝ ਲਵੇ ਗਾਂ ਮੱਝ ਲਵੇ ਭਾਵੇਂ ਇੱਕ ਪਹਿਲੇ ਨੰਬਰ ਹੀ ਲਵੇ ਦੂਜੇ ਨੰਬਰ ਉਹਦੇ ਨਾਲ ਫ੍ਰੀ ਦਵਾਂਗੇ ਅੱਛਾ ਤੇ ਗਾਂ ਨਾ ਨਹੀਂ ਫ੍ਰੀ ਤੇ ਨਹੀਂ ਜਿਹੜਾ ਪਹਿਲੇ ਨੰਬਰ ਤੇ ਫੋਨ ਆ ਜੀ ਉਹਨੂੰ ਅੱਛਾ ਜਿਹੜਾ ਕੋਈ ਪਹਿਲੇ ਤੇ ਲੈ ਲਜੂਗਾ ਅੱਜ ਦੇਖੋ ਗਾਂ ਨਾ ਕਹਿੰਦੇ ਕਿ ਫ੍ਰੀ ਦੇ ਦੇਵਾਂਗੇ 4 ਲੀਟਰ ਵਾਲਾ ਹੋਊ ਦੇਖੋ 4 ਲੀਟਰ ਦੁੱਧ ਹੈਗਾ ਜਿਹੜਾ ਇਹਦੇ ਕੋਲ ਲੀਟਰ ਵਾਲਾ ਬਸ ਵਧੀ ਅੰਦਰ ਥਾਂ ਥੋੜੀ ਨਾ ਮੈਂ ਧੁੱਪੇ ਬਾਦੀਆਂ ਬਾਹਰ ਠੀਕ ਹੈ ਜੀ ਇਹ ਪਹਾੜਾ ਖੁੱਲਾ ਪਾਉਣਾ ਪੈਂਦਾ ਜੀ ਮੜਾ ਪਹਾੜਾ ਖੁੱਲਾ ਪਾਉਣਾ ਪੈਂਦਾ ਵਾ ਹਾਂ ਬਾਕੀ ਇਹਨੂੰ ਠੀਕ ਹੈ ਭਰਾ ਮੇਰੇ 5-7 ਦਿਨ ਹੋ ਗਏ ਆ ਠੀਕ ਹੈ ਤੇ ਉਹ ਗਾਂ ਨਾ ਗਾਂ ਫ੍ਰੀ ਦੇ ਦੋਗੇ ਜੀ ਚਾਰੇ ਵਧੀਆ ਨਹੀਂ ਗਾਂ ਦੇ ਨਾਲ ਨਹੀਂ ਭਾਵੇਂ ਕੋ ਮੱਝ ਲਵੇ ਅੱਛਾ ਭਾਵੇਂ ਗਾਂ ਲਵੇ ਆਪਾਂ ਉਹਦੇ ਨਾਲ ਫ੍ਰੀ ਦੇਵਾਂਗੇ ਇਹਨੂੰ ਠੀਕ ਹੈ ਜੀ ਬਾਕੀ ਇਦਾਂ ਇਹ ਨਹੀਂ ਕੋ ਲਾਤਾਂ ਮਾਰਨ ਵਾਲੀ ਆ ਕੋ ਅੱਛਾ ਪਹਾੜਾ ਖੁੱਲਾ ਮੰਗਦੀ ਬਸੇ ਠੀਕ ਹੈ ਜੀ ਖੁੱਲਾ ਪਹਾੜਾ ਬਣਾਉਂਦੇ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਹੋਰ ਤੇ ਹੁਣ ਬਾਕੀ ਇਹ ਕਿ ਕੋਈ ਆਪਣੀ ਤਸੱਲੀ ਕਰਕੇ ਆਪਣੀ ਉਹ ਜੋ ਕਹਿਣਾ ਸਵੇਰੇ ਵੀਡੀਓ 'ਚ ਕਵਾਂਗੇ ਯਾਰ ਠੀਕ ਹੈ ਆਪਣੀ ਸਮਝਣਾ ਵੇਚ ਚਾਹ ਕੇ ਆਪਣੀ ਜ਼ਿੰਮੇਵਾਰੀ ਨਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਕੋਈ 3 ਕਿਲੋ ਲੀਟਰ ਵਾਲਾ ਮਿਣ ਕੇ ਭਾਵੇਂ ਕੋਲੇ ਜਾਂ ਆਪਾਂ ਦਿਨ 'ਚ ਫ੍ਰੀ ਹੈ ਨਾ ਠੀਕ ਹੈ ਜੀ 3 ਕਿਲੋ ਦੁੱਧ ਲੀਟਰ ਵਾਲਾ ਹੋਊਗਾ ਅੱਛਾ ਲੀਟਰ 3.5 ਕਿਲੋ ਦੁੱਧ ਵੀ ਸੰਘਣਾ ਠੀਕ ਹੈ ਵੀਰ ਜੀ ਨਹੀਂ ਆਪਣੇ ਜਗ੍ਹਾ 'ਚ ਕੋਈ ਥੋੜੀ ਨਹੀਂ ਮੈਂ ਕਿਹਾ ਚੱਲ ਕੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ